ਇਹ ਸੜਕਾਂ ਦੇ ਉੱਪਰ ਬੈਠੇ ਹੋਏ ਨੇ ਰਾਤ ਵੀ ਇਹਨਾਂ ਨੇ ਆਪਣੇ ਬੱਚਿਆਂ ਦੇ ਨਾਲ ਇੱਥੇ ਹੀ ਗੁਜ਼ਾਰੀ ਹੈ ਲਗਾਤਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਜਿਹੜੇ ਪ੍ਰੋਗਰਾਮ ਮੁਲਕਿਗੇ ਨੇ ਉਹਨਾਂ ਦੇ ਖੰਨਾ ਦੇ ਵਿੱਚ ਕੱਲ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਪੱਕੇ ਟੈਂਟ ਸੜਕਾਂ ਦੇ ਉੱਪਰ ਲਗਾ ਕੇ ਇਹ ਪੱਕੇ ਮੋਰਚੇ ਲਗਾ ਕੇ ਇੱਥੇ ਬੈਠ ਚੁੱਕੇ ਨੇ ਔਰ ਖੰਡ ਦਾ ਵੀ ਬਹੁਤ ਜ਼ਿਆਦਾ ਜ਼ੋਰ ਹੈ ਪਰ باوجود ਇਸ ਦੇ ਇਹ ਇੱਥੇ ਹੀ ਰਜਾਈਆਂ ਲੈ ਕੇ ਰਾਤ ਪਰ ਸੁੱਤੇ ਰਹੇ ਨੇ ਪਰਿਵਾਰਾਂ ਸਮੇਤ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਵੀ ਕਰ ਰਹੇ ਕੁਝ ਮਹਿਲਾਵਾਂ ਇੱਥੇ ਬੈਠੀਆਂ ਨੇ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਲੱਗਦਾ ਕਿ ਇਹ ਸੰਘਰਸ਼ ਤੋਂ ਬਾਅਦ ਸਰਕਾਰ ਗੱਲ ਮੰਨੇਗੀ ਤੁਹਾਡੇ ਧਰਨੇ ਤੋਂ ਬਾਅਦ ਲੱਗਦਾ ਕਿ ਸਰਕਾਰ ਦੇ ਕੰਨ ਤੱਕ ਆਵਾਜ਼ ਪਹੁੰਚੂਗੀ ਸਰਕਾਰਾਂ ਜੇ ਨਹੀਂ ਪਹੁੰਚੀ ਰਾਤ ਦੇ ਬੈਠੇ ਆ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਤੇ ਅਸੀਂ ਉਹਨਾਂ ਚਿਰ ਨਹੀਂ ਉੱਠ ਸਕਦੇ ਜਿੰਨਾ ਚਿਰ ਸਾਡਾ ਇਹ ਮੰਗ ਪੂਰੀ ਨਹੀਂ ਕਰਦੇ ਠੰਡ ਠੰਡ ਬਹੁਤ ਹੈ ਸੜਕ ਦੇ ਉੱਪਰ ਬੈਠੇ ਹੋ ਹਾਂਜੀ ਹਾਂ ਠੰਡ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਪਰ ਅਸੀਂ ਸ਼ਹੀਦ ਮਾਤਾ ਗੁਜਰੀ ਜੀ ਤੇ ਸਾਈਂਬਜਾਦਿਆਂ ਦੇ ਵਾਰਿਸਾਂ ਇਸ ਕਰਕੇ ਹੀ ਅਸੀਂ ਇਨੀ ਠੰਡ ਚ ਬੈਠਣ ਦਾ ਹੌਸਲਾ ਰੱਖਦੇ ਆ ਲੱਗਦਾ ਕਿ ਇਸ ਜਿਹੜਾ ਤੁਸੀਂ ਮੋਰਚਾ ਲਾਇਆ ਹੋਇਆ ਇਹ ਪੱਕਾ ਮੋਰਚਾ ਕਿੰਨੀ ਦੇਰ ਤੱਕ ਚੱਲੂਗਾ ਕਿ ਟ੍ਰੈਫਿਕ ਜਾਮ ਕਈ-ਕਈ ਕਿਲੋਮੀਟਰ ਲੱਗ ਚੁੱਕੇ ਨੇ ਜਦੋਂ ਤੱਕ ਸੀਐਮ ਚੰਨੀ ਸਾਡੇ ਨਾਲ ਕੋਈ ਗੱਲਬਾਤ ਦਾ ਰਾਬਤਾ ਨਹੀਂ ਕਰਦੇ ਉਦੋਂ ਤੱਕ ਸਾਡਾ ਇਹ ਧਰਨਾ ਐਵੇਂ ਬਕਾਇਦਾ ਇੱਥੇ ਰਹੂਗਾ ਕਿਸੇ ਅਧਿਕਾਰੀ ਨੇ ਗੱਲਬਾਤ ਕੀਤੀ ਇੱਥੇ ਆ ਕੇ ਰਾਤ ਦੀ ਹਲੇ ਤੱਕ ਕੋਈ ਸਾਡੀ ਗੱਲਬਾਤ ਨਹੀਂ ਚੱਲੀ ਹੈਗੀ ਰਾਤ ਦੀ ਅਸੀਂ ਰਾਤ ਦੇ ਵੀ ਬੱਚੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਇੰਨੀ ਠੰਡ ਵਿੱਚ ਬੈਠੇ ਆ ਪਰ ਸੀਐਮ ਚੰਨੀ ਘਰ-ਘਰ ਜਾ ਕੇ ਲੋਕਾਂ ਦੇ ਬੱਚਿਆਂ ਨੂੰ ਚੱਕਦਾ ਸ਼ਾਇਦ ਉਹਨੂੰ ਸੜਕਾਂ ਦੇ ਬੈਠੇ ਬੱਚੇ ਨਹੀਂ ਦਿਸਦੇ ਹੈਗੇ ਜਾਏ ਭੈਣਾਂ ਨੂੰ ਉਹ ਘਰ-ਘਰ ਜਾ ਕੇ ਮਿਲਦੇ ਨੇ ਕੀ ਇਹ ਮਾਤਾਵਾਂ ਭੈਣਾਂ ਉਹਦੀਆਂ ਆਪਣੀਆਂ ਨਹੀਂ ਇਹ ਪਾਕਿਸਤਾਨ ਤੋਂ ਆਈਆਂ ਹੋਈਆਂ ਨੇ ਜਿਹੜੀਆਂ ਇੰਨੀ ਠੰਡ ਦੇ ਬਾਵਜੂਦ ਵੀ ਰਾਤ ਦੀਆਂ ਇੱਥੇ ਬੈਠੀਆਂ ਨੇ ਕਿੰਨੀ ਸੀਤ ਲਹਿਰ ਚੱਲ ਰਹੀ ਸੀ ਰਾਤ ਦਾ ਸੀਤ ਲਹਿਰ ਕੜਾਕੇ ਠੰਡ ਦੇ باوجود ਵੀ ਇੱਥੇ ਜਿਹੜੀਆਂ ਮਹਿਲਾਵਾਂ ਨੂੰ ਦੇਖ ਸਕਦੇ ਹੋ ਕਿ ਬੱਚਿਆਂ ਦੇ ਨਾਲ ਵੀ ਤਸਵੀਰਾਂ ਤੋਂ ਦਿਖਾ ਰਹੇ ਆ ਬੱਚਿਆਂ ਦੇ ਨਾਲ ਵੀ ਰਾਤ ਦੇ ਇੱਥੇ ਬੈਠੇ ਹੋਏ ਨੇ ਮਾਤਾ ਜੀ ਠੰਡ ਬਹੁਤ ਹੈ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਠੀਕ ਹੈ ਬੇਟੇ ਜਿਵੇਂ ਉਹਨਾਂ ਨੇ ਬਿਠਾਇਆ ਬੈਠੇ ਆ ਪਰ ਜਦ ਉਹਨਾਂ ਦੇ ਕੋਈ ਜਾਂ ਕੰਨ ਤੇ ਜੂਆ ਨਹੀਂ ਖਿਸਕਦੀ ਉਹਨਾਂ ਨੂੰ ਤਰਸੇ ਨਹੀਂ ਹੈਗਾ ਉਹਨਾਂ ਨੂੰ ਆਪ ਦੇ ਮਾਵਾ ਭੈਣਾ ਕਿਵੇਂ ਦੇਂਦੀਆਂ ਨੇ ਉਹਨੂੰ ਮਕਾਨ ਦੇਣ ਆਇਆ ਉਹਦੀ ਨੂੰ ਰੋਣ ਆਇਆ ਚੱਲ ਨਹੀਂ ਸਾਹਿਬ ਨੂੰ ਤਾਂ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਹੈ ਤੁਸੀਂ ਦੇਖ ਸਕਦੇ ਪਿੱਛੇ ਵੀ ਹੋਰ ਵੀਰ ਪੈਣਾ ਇੱਥੇ ਕੁਝ ਮਹਿਲਾਵਾਂ ਬੈਠੀਆਂ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੰਨੀ ਦੇਰ ਤੋਂ ਇੱਥੇ ਬੈਠੇ ਹੋਏ ਜੀ ਅਸੀਂ ਕੱਲ 12 ਵਜੇ ਤੋਂ ਪ੍ਰੋਗਰਾਮ ਚਾਲੂ ਕੀਤਾ ਹੋਇਆ ਹੈ ਕੱਲ ਤੁਹਾਡੀ ਕਿਸੇ ਨੇ ਵੀ ਆਣ ਕੇ ਕੋਈ ਸੁਣਵਾਈ ਨਹੀਂ ਕੀਤੀ ਨਾ ਹੀ ਕੋਈ ਇੱਥੋਂ ਦਾ ਕੋਈ ਅਧਿਕਾਰੀ ਨਾ ਕਿ ਪ੍ਰਸ਼ਾਸਨ ਮੀਟਿੰਗ ਲੈਣ ਵਾਸਤੇ ਮੀਟਿੰਗਾਂ ਤੇ ਲੈਂਦੇ ਆ ਲੇਕਿਨ ਕੋਈ ਮਸਲਾ ਨਹੀਂ ਹੱਲ ਕਰਦੇ ਉਹਨਾਂ ਚਿਰ ਤੱਕ ਤਰਨਾ ਸਾਡਾ ਜਾਰੀ ਰਹੂਗਾ ਜਿੰਨਤਰ ਤੱਕ ਸੀਐਮ ਇੱਥੇ ਆਣ ਕੇ ਸਾਡੇ ਨਾਲ ਗੱਲਬਾਤ ਨਹੀਂ ਕਰਨਗੇ ਤੁਸੀਂ ਕੱਲ ਦੇ ਬੈਠੇ ਹੋ ਤੁਸੀਂ ਆਪਣੀਆਂ ਮੰਗਾਂ ਲੈ ਕੇ ਮੰਨੇ ਆ ਪਰ ਮੈਂ ਪਿੱਛੋਂ ਦੇਖਦੇ ਆ ਰਿਹਾ ਕਿ ਦੁਰਾਹੇ ਤੋਂ ਵੀ ਅੱਗੇ ਤੱਕ ਘੱਟੋ-ਘੱਟ 15-20 ਕਿਲੋਮੀਟਰ ਤੱਕ ਜਾਮ ਲੱਗਿਆ ਹੋਇਆ ਲੋਕਾਂ ਨੇ ਕਿਸੇ ਨੇ ਦਿੱਲੀ ਜਿਹੜਾ ਅਮਰਸਰ ਰੋਡ ਆ ਲੋਕਾਂ ਨੇ ਕੰਮਾਂ ਤੇ ਜਾਣਾ ਦਿੱਲੀ ਕਿਸੇ ਨੇ ਜਾਣਾ ਕਿਸ ਦੀ ਫਲਾਈਟ ਹੁੰਦੀ ਆ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਪਰ ਜਿਨ੍ਹਾਂ ਦੀ ਫਲਾਈਟ ਆ ਉਹਨਾਂ ਵਾਸਤੇ ਅਸੀਂ ਕਿਆ ਸੀ ਕਿ ਉਹ ਜਾ ਸਕਦੇ ਆ ਲੇਕਿਨ ਲੋਕ ਵੀ ਸਾਡੇ ਨਾਲ ਡਟੇ ਹੋਏ ਹਨ ਉਹੀ ਸਾਡੀ ਮਦਦ ਦੇ ਵਿੱਚ ਹਮਾਇਤ ਕਰ ਰਹਾ ਕਿ ਇਹ ਜਿਹੜਾ ਤੁਸੀਂ ਪ੍ਰੋਗਰਾਮ ਸੰਘਰਸ਼ ਵੱਡਿਆ ਹੋਇਆ ਹੈ ਲੇਕਿਨ ਇਹ ਸਹੀ ਹੈ ਤਾਂ ਲੋਕਾਂ ਦੀ ਵੀ ਇਹਨਾਂ ਨੂੰ ਹਮਾਇਤ ਮਿਲ ਰਹੀ ਆ ਤੁਹਾਨੂੰ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਆ ਦੇਖੋ ਕਿਵੇਂ ਰਜਾਈਆਂ ਲੈ ਕੇ ਇੱਥੇ ਵੀ ਆਏ ਸੀ ਤਾਂ ਇਹ ਫਿਰ ਪ੍ਰਬੰਧ ਕਿੱਥੋਂ ਕੀਤਾ ਗਿਆ ਤੁਸੀਂ ਸੜਕ ਦੇ ਉੱਪਰ ਬੈਠੇ ਹੋ ਰਜਾਈਆਂ ਕੰਬਲਾਂ ਦਾ ਰਾਤ ਨੂੰ ਇਤ ਰਾਤ ਕੱਟੀ ਠੰਡ ਬਹੁਤ ਹੈ ਹਾਂਜੀ ਅਸੀਂ ਰੈਂਟਰ ਲੈ ਕੇ ਆਏ ਇਤ ਰਜਾਈਆਂ ਦੇ ਬੱਚਿਆਂ ਬਾਤ ਇਹ ਤਾਂ ਕਿ ਠਾੜਨ ਲੱਗੇ ਬੱਚਿਆਂ ਰੰਡ ਬਹੁਤ ਪੈ ਰਹੀ ਹੈ ਜੀ ਪਰ ਸਰਕਾਰ ਸਾਡੀ ਸੁਣ ਨਹੀਂ ਰਹੀ ਹੈ ਕਿ ਕਾਫੀ ਕਾਫੀ ਸਾਲ ਤੋਂ ਦਾਦਾ ਸਾਡਾ ਬਾਰ ਬਾਰ ਸਾਥ ਲੱਗੇ ਆਂ ਠੇਕੇ ਤੇ ਕੰਮ ਕਰਦੇ 8-8000 ਸਾਡੀ ਤਨਖਾਹ ਆ ਜੀ ਉਸ ਦੇ ਗੁਜ਼ਾਰੇ ਲਈ ਅਸੀਂ ਵਿਰੋਧ ਕਰਦੇ ਸਰਕਾਰ ਦਾ ਵੀ ਸਾਡਾ ਪੱਕਾ ਹੱਲ ਕੀਤਾ ਜਾਵੇ ਸਾਨੂੰ ਮਹਿਕਮੇ ਵਿੱਚ ਲੈ ਕੇ ਪੱਕੇ ਕੀਤਾ ਜਾਵੇ ਜੀ ਪੱਕੇ ਪੱਕੇ ਹੱਲ ਦੀ ਗੱਲ ਕੀਤੀ ਜਾਵੇ ਇੱਥੇ ਕੁਝ ਹੋਰ ਵੀ ਮਹਿਲਾਵਾਂ ਬੈਠੀਆਂ ਨੇ ਗੱਲਬਾਤ ਕਰਾਂਗੇ ਤਾਂ ਦੇਖ ਰਹੇ ਹੋ ਕਿ ਠੰਡ ਕੜਾਕੇ ਦੀ ਬਹੁਤ ਪਰਿਵਾਰਾਂ ਦੇ ਪਰਿਵਾਰ ਇੱਥੇ ਬੈਠੇ ਹੋਏ ਨਹੀਂ ਅੱਜ ਹਾਂਜੀ ਹਾਂਜੀ ਅਸੀਂ 2 ਮਹੀਨੇ ਮਰਿੰਡਾ ਬੈਠ ਮંત્રી ਨੇ ਕਦੇ ਸਾਡੀ ਗੱਲ ਨਹੀਂ ਉੱਥੇ ਆ ਕੇ ਸੁਣੀ ਤੇ ਦੋ ਦਿਨ ਬਾਅਦ ਸਾਡੇ ਉੱਠਣ ਤੋਂ ਦੋ ਦਿਨ ਬਾਅਦ ਹੀ ਕਹਿੰਦਾ ਮੈਂ ਬੱਚਾ ਨੂੰ ਚਾਜ ਵੀ ਚੁਪਟਾ ਕੇ ਘੁਮਾਇਆ ਮਰਿੰਡੇ ਤੇ ਪਹਿਲੇ ਅਸੀਂ ਵੀ ਬੈਠੇ ਸੀ ਸਾਡੇ ਬੱਚੇ ਵੀ ਤੇ ਉਹਨਾਂ ਨੂੰ ਕਿਉਂ ਨਹੀਂ ਘੁਮਾਇਆ ਮਰਿੰਡੇ ਜੇ ਆਮ ਜਨਤਾ ਤੇ ਬਾਤ ਕਰਨੀ ਹੈ ਸਪੀਚਾਂ ਦੇਣੀਆਂ ਹੈ ਤਾਂ ਇੱਥੇ ਆਵੇ ਸਾਡੇ ਨਾਲ ਗੱਲ ਕਰੇ ਤਾਂ ਲੱਗਦਾ ਕਿ ਸਰਕਾਰ ਸਿਰਫ ਦਿਖਾਵੇ ਕਰ ਰਹੀ ਹੈ ਹਾਂਜੀ ਪੂਰੇ ਕੋਰੇ ਦਿਖਾਵੇ ਨੇ ਇੱਥੇ ਇੱਥੇ ਕਿਹੜੀ ਕਿਹੜੀ ਜੱਥੇਬੰਦੀ ਬੈਠੀ ਧਰਨੇ ਤੇ ਇੱਥੇ ਅਸੀਂ ਵਾਟਰ ਸਪਲਾਈ ਸਾਡੇ ਕੱਚੇ ਮਹਿੰਗੇ ਸਾਰੇ ਬੈਠੇ ਨੇ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ ਇੱਥੇ ਅਸੀਂ ਮਨਿੰਡੇ ਵੀ ਬੈਠੇ ਨੇ ਉਹਦੇ ਕੋਠੀ ਦੇ ਵੀ ਜਾਂਦੇ ਨੇ ਪਰ ਕੋਈ ਸਾਡੀ ਇੱਥੇ ਮੋਰਚਾ ਲਾਇਆ ਹੈ ਨੈਸ਼ਨਲ ਹਾਈਵੇ ਦਿੱਲੀ ਅਮਰitsar ਦਾ ਮੇਨ ਜਿਹੜਾ ਪੰਜਾਬ ਦਾ ਹਾਈਵੇ ਆ ਕਿੰਨਾ ਲੰਬਾ ਇੱਥੇ ਜਿਹੜਾ ਇਹ ਮੋਰਚਾ ਚੱਲੂਗਾ ਜਿੱਥੇ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੁੰਦੀ ਇੱਥੇ ਇੱਥੇ ਤਾਂ ਨਹੀਂ ਉੱਠਦੇ ਮੰਗਾਂ ਪੂਰੀਆਂ ਨਹੀਂ ਹੁੰਦੀ ਤਾਂ ਦੇਖ ਸਾਬ ਸੜਕ ਦੇ ਉੱਪਰ ਪੱਕੇ ਟੈਂਟ ਲਗਾ ਦਿੱਤੇ ਗਏ ਨੇ ਤਾਂ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਵੱਖ-ਵੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੁਹਾਡੀਆਂ ਕੀ ਮੰਗਾਂ ਲੱਗਦਾ ਕਿ ਇਹ ਮੋਰਚੇ ਤੋਂ ਬਾਅਦ ਸਰਕਾਰ ਮੰਨੂਗੀ ਕਿਉਂਕਿ ਟਾਈਮ ਬਹੁਤ ਥੋੜਾ ਰਹਿ ਗਿਆ ਇਲੈਕਸ਼ਨ ਹੋਣ ਦੇ ਵਿੱਚ ਨਾ ਮੰਨੇਗੀ ਅਸੀਂ ਇਹਨਾਂ ਪਿੰਡਾਂ 'ਚ ਇਹਨਾਂ ਦਾ ਕਰਾਓ ਕਰਾਂਗੇ ਇਹ ਐਨੇ ਸੋਚਣ ਚੰਨੀ ਸਾਹਿਬ ਵੀ ਅਸੀਂ ਵੀ ਟੈਂਪ ਟ ਪਾ ਦਾਂਗੇ ਇਹ ਟੈਂਪ ਟ ਪਾ ਦੇਣਗੇ ਬਾਕੀ ਅਸੀਂ ਇਹਨਾਂ ਨੂੰ ਅੱਗੇ ਆਣ ਨਹੀਂ ਦੇਵਾਂਗੇ ਫਿਰ ਅੱਗੇ ਇਹਨਾਂ ਦੇ ਪਿੰਡਾਂ 'ਚ ਅਸੀਂ ਨਹੀਂ ਵੜਨੇ ਨੇ ਸਾਡਾ ਇੱਕ ਹੀ ਨਾਰਾ ਹੈ ਜੇ ਵੋਟਾਂ ਮੰਗਣ ਆਣ ਕਰਦਾਰ ਮਾਰੋ ਛਿੱਤਰ ਕੱਡੋ ਬਾਹਰ ਅਸੀਂ ਇਹਨਾਂ ਨੂੰ ਇਹ ਪਿੰਡ 'ਚ ਹੀ ਨਹੀਂ ਵੜਨ ਦੇਣਾ ਫਿਰ ਪਿੰਡ 'ਚ ਨਹੀਂ ਵੜਨ ਦੇਣਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਣਾ ਅੱਗੇ ਰੂਪਰੇਖਾ ਕੀ ਰਹਿਣੀ ਹੈ ਅਗੇ ਰੂਪਰੇਖਾ ਇਹ ਹੀ ਰਣੀ ਹੈ ਜੀ ਸਾਡਾ ਵੀ ਤੁਸੀਂ ਮਸਲੇ ਤੇ ਤੁਹਾਡੀ ਸਰਕਾਰ ਹੋਣ ਦੇ ਟਾਈਮ ਤੇ ਕਰੇ ਨਹੀਂ ਇਹਨਾਂ ਨੇ ਕਿਹਾ ਕਿ ਸਾਨੂੰ ਟਾਈਮ ਦਿਓ ਵੀ ਤੁਹਾਡਾ ਟਾਈਮ ਆ ਹੁਣ ਹੁਣ ਨਹੀਂ ਕਰ ਸਕੀ ਤਾਂ ਫਿਰ ਕਦੋਂ ਕਰਨਗੇ ਟਾਈਮ ਮੰਗ ਰਹੇ ਨੇ ਸਰਕਾਰ ਕੋਲ ਸਮਾਂ ਨਹੀਂ ਹੈ ਕਿਉਂਕਿ ਥੋੜੇ ਦਿਨਾਂ ਤੱਕ ਚੋਣ ਜਾਬਤਾਂ ਲਾ ਕੋਈ ਨੌਜਵਾਨ ਬੀਰੀ ਬੈਠੇ ਨੇ ਠੰਡ ਵੀ ਬਹੁਤ ਹੈ ਮੰਗਾ ਵੀ ਤੁਸੀਂ ਲੈ ਕੇ ਆਪਣੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਤਾਂ ਹੁਣ ਅੱਜ ਇੱਥੇ ਖੰਨੇ ਸ਼ਹਿਰ ਦੇ ਵਿੱਚ ਮੋਰਚਾ ਲਾਇਆ ਹੋਇਆ ਕੋਈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਤੁਹਾਡਾ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਅਧਿਕਾਰੀ ਸਾਡੇ ਨਾਲ ਲਗਾਤਾਰ ਗੱਲਾਂ ਕਰ ਰਹੇ ਨੇ ਜਿਵੇਂ ਕਿ ਸਾਰੇ ਨਿਊਜ਼ ਚੈਨਲਾਂ ਨੂੰ ਪਤਾ ਹੀ ਹੈ ਵੀ ਅਸੀਂ ਵਾਟਰ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਰਜਿਸਟਰ ਨੰਬਰ 31 ਯੂਨੀਅਨ ਦੇ ਜਿਹੜਾ ਹਾਰੂ ਸਾਥੀ ਆ ਤੇ ਸਾਨੂੰ ਤਕਰੀਬਨ ਪਿਛਲੇ 15-15 ਸਾਲਾਂ ਤੋਂ ਕੰਟਰੈਕਟ ਦੇ ਰੱਖਿਆ ਹੋਇਆ ਤੇ ਰੈਗੂਲਰ ਕਰਨ ਦੀ ਕਿਸੇ ਵੀ ਮਤਲਬ ਸਰਕਾਰ ਦੇ ਨੇ ਪਾਲਿਸੀ ਨਹੀਂ ਬਣਾਈ ਹੈਗੀ ਇਸ ਕਰਕੇ ਅਸੀਂ ਹੁਣ ਇਹ ਬੇੜਾ ਚੱਕਿਆ ਕਿ ਨੈਸ਼ਨਲ ਹਾਈਵੇ ਜਿਹੜੇ ਆ ਉਹ ਕੰਟਰੋਲ ਕਰਾਂਗੇ ਆਪਣੇ ਹੱਥ ਦੇ ਵਿੱਚ ਲਵਾਂਗੇ ਉਹਨਾਂ ਨੂੰ ਟੈਂਟ ਲਾ ਕੇ ਪੱਕੇ ਤੌਰ ਤੇ ਬੈਠਾਂਗੇ ਜਦੋਂ ਤੱਕ ਸਾਡਾ ਹੱਲ ਨਹੀਂ ਹੋਏਗਾ ਤਾਂ ਟੈਂਟ ਲਾ ਕੇ ਪੱਕੇ ਤੌਰ ਤੇ ਬੈਠਾ ਤੂੰ ਦੇਖੋ ਕਿਸ ਤਰੀਕੇ ਦੇ ਨਾਲ ਕੰਬਲਾਂ ਦੇ ਵਿੱਚ ਲੋਈਆਂ ਲੈ ਕਿਉਂਕਿ ਠੰਡ ਠੰਡ ਬਹੁਤ ਜ਼ਿਆਦਾ ਹੈ ਤਾਂ ਠੰਡ ਵੀ ਜ਼ਿਆਦਾ ਔਰ ਦੇਖੋ ਛੋਟੇ ਛੋਟੇ ਬੱਚੇ ਵੀ ਇੱਥੇ ਬੈਠੇ ਹੋਏ ਨੇ ਬੇਜੀ ਤਕਰੀਬਨ 8-9 ਸਾਲ ਹੋ ਗਏ ਨੂੰ ਸਾਰਿਆਂ ਨੂੰ ਜਦੋਂ ਕਿ ਇਹਨੇ ਐਲਾਨ ਐਲਾਨ ਤੇ ਐਲਾਨ ਕਰੀ ਜਾਂਦਾ ਚੰਨਜੀਤ ਸਿੰਘ ਚੰਨੀ ਸਾਨੂੰ ਐ ਲੱਗਿਆ ਸੀ ਕਿ 48 ਮੰਗਬੱਤਰ ਚੰਨਜੀਤ ਸਿੰਘ ਚੰਨੀ ਉਹ ਦੇ ਚੁੱਕੇ ਆ ਘੱਟ ਤੋਂ ਘੱਟ 30-32 ਮੰਗਬੱਤਰ ਰਾਜਾ ਸਾਹਿਬ ਨੇ ਦੇ ਚੁੱਕੇ ਸੀ ਸਾਨੂੰ ਐ ਲੱਗੇ ਸੀ ਚਿਹਰਾ ਬਦਲਦਾ ਸ਼ਾਇਦ ਨੀਤੀਆਂ ਬਦਲਣੇ ਪਰ ਨੀਤੀਆਂ ਪਾਲਿਸੀਆਂ ਨੂੰ ਇਹ ਨੇ ਸੇਮ ਨਹੀਂ ਗਈਆਂ ਉਹਨਾਂ ਨੇ ਮੈਂ ਤਕਰੀਬਨ ਆਪਾਂ ਸੁਣਦੇ ਰਹਨੇ ਹਾਂ ਨਾ ਉਹਨਾਂ ਨੇ 36000 ਮੁਲਾਜ਼ਮ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਐਲਾਨ ਕੀਤਾ ਫਿਲਹਾਲ ਸਾਨੂੰ 36000 ਤੋਂ ਸਿਰਫ 36 ਪੱਕੇ ਕਰੇ ਦਿਖਾ ਦੇ ਕਿਹੜੇ ਪੱਕੇ ਕੀਤੇ ਨੇ ਉਹਨੇ ਜਿਹੜੇ ਸਾਹਬ ਨਾਲ ਉਹ ਬੋਲ ਰਹੇ ਪ੍ਰੋਪਰ ਚੈਨਲ ਲਈ ਭਰਤੀ ਕੀਤੇ ਨੇ ਪ੍ਰੋਪਰ ਚੈਨਲ ਲਈ ਤਾਂ ਸਿਰਫ 10000 ਮੁਲਾਜ਼ਮ ਮੰਗਦੇ 10000 ਵੀ ਨਹੀਂ ਹੁੰਦੇ ਆਗੇ ਬਿਲਕੁਲ ਗੁਨਾ ਕੀਤਾ ਯਾਰ ਵੀਰ ਜੀ ਇਹਨਾਂ ਨੂੰ ਸਾਡੀ ਲੋੜ ਸੀ ਸੀ ਤਾਂ ਮਹਿਕਮੇ ਚ ਆਇਆ ਤਾਂ ਅਸੀਂ ਇਹਨੇ ਮਹਿਕਮੇ ਚਲਾ ਰਿਹਾ ਮਹਿਕਮੇ ਵਿਚਾਰੇ ਬਹੁਤ ਹੀ ਨਿਗੂਣੇ ਤਨਖਾਦੇ ਕੰਮ ਕਰ ਰਹੇ ਆ ਜਿਸ ਆਉਣ ਵਾਲੇ ਦਿਨਾਂ ਚ ਸਾਡੀ ਮੰਗ ਦਾ ਮਸਲੇ ਹੱਲ ਨਾ ਕੀਤੇ ਕਿਤੇ ਇਹਨਾਂ ਨੂੰ ਡਰ ਹੋ ਵੀ ਅਸੀਂ ਚੋਣ ਜਾਬਤਾ ਲੱਗ ਜਾਊਗਾ ਅਸੀਂ ਮੰਗਤ ਵੀ ਸਾਡਾ ਪਿੰਡਾ ਛੁੱਟ ਜੂਗਾ ਬਿਲਕੁਲ ਨਹੀਂ ਛੁੱਟਣ ਦੇ ਅਸੀਂ ਪਿੰਡਾ ਪਿੰਡਾ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਇਹਨਾਂ ਦਾ ਜਲੂਸ ਪੂਰਾ ਕੱਟਾ ਕੇ ਰੱਖੇ ਜੇ ਸਾਡਾ ਮਸਲਾ ਨਾ ਹੱਲ ਹੋਇਆ ਤਾਂ ਸੰਘਰਸ਼ ਇਸ ਤੋਂ ਵੀ ਤਿੱਖਾ ਹੋ ਲਿਕੇ ਜਾਊਗਾ ਸੰਘਰਸ਼ ਨਿੱਖਾ ਹੋਊਗਾ ਸਰਕਾਰ ਭਾਵੇਂ ਵੇਟ ਕਰ ਰਹੀ ਹੈ ਲੋਕ ਕਹਿ ਰਹੇ ਨੇ ਕਿ ਚੋਣ ਜਾਬਤਾ ਲੱਗ ਜਾਊਗਾ ਤਸਵੀਰਾਂ ਤੁਹਾਨੂੰ ਅਸੀਂ ਦੋਨੇ ਪਾਸੇ ਟੈਂਟ ਲੱਗਿਆ ਹੋਇਆ ਦੋਨੇ ਪਾਸੇ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੂਰੀ ਰਾਤ ਕੜਾਕੇ ਠੰਡੇ ਨੇ ਇੱਥੇ ਰੱਖੀ ਔਰ ਰਜਾਈਆਂ ਕੰਬਲ ਲੈ ਕੇ ਇੱਥੇ ਬੈਠੇ ਹੋਣੇ ਦੂਸਰੀ ਤਸਵੀਰ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਕਿ ਨਾਲ ਦੇ ਪਾਸੇ ਦਿਖਾਉਣੀ ਹੈ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਲੰਬੇ ਲੰਬੇ ਟਰਾਲੇ ਨੇ ਦੂਰੋਂ ਚੱਲਦੇ ਨੇ ਲੰਬੇ ਰੂਟਾਂ ਦੇ ਨੇ ਸਾਰੇ ਬਲਾਕੇਜ ਹੋਈ ਆ ਪੂਰਾ ਜਾਮ ਹੋਇਆ ਹੋਇਆ ਕਈ ਕਿਲੋਮੀਟਰ ਤੱਕ ਇਹ ਜਾਮ ਜਾਰੀ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਐਪੀਪੀ ਸਾਂਝੇ ਉੱਪਰ ਦਿਖਾ ਰਹੇ ਹਾਂ ਨਾਲ ਦੇ ਪਾਸੇ ਵੀ ਟੈਂਟ ਲੱਗਿਆ ਹੋਇਆ ਹੈ ਔਰ ਲੰਗੜ ਪਾਣੀ ਦਾ ਵੀ ਇੰਤਜ਼ਾਮ ਇੱਥੇ ਹੀ ਕੀਤਾ ਗਿਆ ਉਹਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਹ ਰੋਡ ਨੂੰ ਜਾਮ ਕੀਤਾ ਹੋਇਆ ਔਰ ਆਪਣੇ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕਰ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਥੇ ਜਿਹੜੇ ਇਹ ਲੋਕ ਨੇ ਜਥੇਬੰਦੀਆਂ ਦੇ ਉਹ ਬੈਠੇ ਹੋਏ ਨੇ ਇਹਨਾਂ ਨਾਲ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਰਕਾਰ ਨੇ ਵਾਦਾ ਕੀਤਾ ਕਿ ਸੀ 36 ਹਜ਼ਾਰ ਬੰਦੇ ਪੱਕੇ ਕਰਦੇ ਬਾਦੂ ਸੜਕਾਂ ਦੇ ਉੱਪਰ ਕਿਉਂ ਬੈਠਿਓ ਫਿਰ ਵੇਖੋ ਜੀ ਸਰਕਾਰ ਨੇ ਜਿਸ ਤਰ੍ਹਾਂ ਕਹਿੰਦੇ ਕਿ ਅਸੀਂ ਪੱਕੇ ਕਰਦੇ ਪਰ ਸਰਕਾਰ ਨੇ ਜਿਹੜੇ ਪੱਕੇ ਕੀਤੇ ਉਹਨਾਂ ਨੂੰ ਇਹਨਾਂ ਦਾ ਜਿਹੜਾ ਜਿਹੜੇ ਪੱਕੇ ਕੀਤੇ ਨੇ ਉਹਨਾਂ ਦੇ ਜਿਹੜੇ ਬੰਦੇ ਆਡੇ ਮੈਗਮੇ ਦੇ ਕਹਿੰਦੇ 36000 ਸੀ ਪੱਕੇ ਕਰਤੇ ਉਹਨਾਂ ਦਾ ਕੋਈ ਇਹਨਾਂ ਨੇ ਨੋਟੀਫਿਕੇਸ਼ਨ ਨਹੀਂ ਕੀਤਾ ਕੋਈ ਵੀ ਇਹਨਾਂ ਨੂੰ ਮੰਗ ਪੱਤਰ ਨਹੀਂ ਦੇਦਾ ਕਿ ਤੁਸੀਂ ਪੱਕੇ ਹੋਗੇ ਕੋਈ ਵੀ ਬੰਦਾ ਸਾਡਾ ਇਹਦੇ ਵਿੱਚ ਨਹੀਂ ਆਉਂਦਾ ਇਹ ਪਤਾ ਨਹੀਂ ਕਿਹੜੇ ਬੰਦੇ ਨਾਲ ਆਪਣੇ ਕੋਈ ਰਿਸ਼ਤੇਦਾਰ ਪੱਕੇ ਕੀਤੇ ਨੇ ਕਿ ਜਿਹੜੇ ਵਾਟਰ ਸਪਲਾਈ ਮੈਗਮੇ ਦੇ ਕੱਚੇ ਮੁਲਾਜ਼ਮ ਨੇ ਕੋਈ ਵੀ ਐਸੇ ਬੈਠੇ ਨੇ ਆਧਾਰੇ ਤੇ ਬੰਦੇ ਸਾਰੇ ਤੇ ਵਖ ਵਖ ਜਿ세 ਬੰਦੀਆ ਬੇਟੀਆਂ ਨੇ ਉਹਨਾਂ ਵਿੱਚ ਕੋਈ ਵੀ ਬੰਦਾ ਸਾਡਾ ਆਉਂਦਾ ਨਹੀਂ ਸਾਨੂੰ ਇਥੇ ਛੌਂਗ ਨਹੀਂ ਸੀ ਬੈਠਣ ਦਾ ਜੇ ਇਹਨਾਂ ਨੇ ਪੱਕੇ ਕਿਤੇ ਹੁੰਦੇ ਤੁਸੀਂ ਆਪ ਸਿਆਣੇ ਜੇ ਜੇ ਪੱਕੇ ਕਿਤੇ ਹੁੰਦੇ ਸਾਨੂੰ ਕਿ ਲੋੜ ਇਥੇ ਖੰਡ ਵਿੱਚ ਬੈਠਣ ਦੀ ਪਰ ਚੰਨੀ ਤਾਂ ਕਹਿ ਰਹੇ ਨੇ ਕਿ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਹਾਂ ਵੇਖੋ ਜੀ ਜੇ ਆਮ ਹੁੰਦਾ ਤਾਂ ਇਥੇ ਆਮ ਲੋਕ ਬੈਠੇ ਨੇ ਆਗੇ ਆਮ ਲੋਕਾਂ ਦੀਆਂ ਗੱਲਾਂ ਸੁਣਦੇ ਆ ਕੋਈ ਵੀ ਆਪਣੇ ਅਧਿਕਾਰੀ ਭੇਜ ਦਿੰਦੇ ਨੇ ਮੀਟਿੰਗ ਕਰ ਦਿੰਦੇ ਨੇ ਮੀਟਿੰਗ ਦੇਖੋ ਮੀਟਿੰਗ ਨੇ ਬਹੁਤ ਸਾਡੇ ਨਾਲ ਧੋਖੇ ਕਿਤੇ ਨੇ ਮੀਟਿੰਗਾਂ ਦਾ ਦੇ ਦੇ ਕੇ ਬਾਅਦ ਚ ਕੋਈ ਵੀ ਗੱਲ ਇਹੋ ਜਿਹੀ ਨਹੀਂ ਕਰਦੇ ਕਿ ਜਿਉ ਸਾਡੇ ਨਾਲ ਟੇਬਲ ਟॉक ਗੱਲ ਕਰਨ ਕਿ ਅਸੀਂ ਮਲਾਜਮ ਪੱਕੇ ਕਰਾਂਗੇ ਪਰ ਮੀਟਿੰਗ ਦੇ ਕੇ ਮੀਟਿੰਗ ਤੋਂ ਭੱਜ ਜਾਂਦੇ ਨੇ ਮੀਟਿੰਗ ਦੇ ਕੇ ਮੀਟਿੰਗ ਤੋਂ ਭੱਜ ਜਾਂਦੇ ਨੇ ਲਾਰੇ ਲਗਾਏ ਜਾਂਦੇ ਨੇ ਔਰ ਦੇਖਸਾ ਤੁਸੀਂ ਤਸਵੀਰਾਂ ਦੇ ਵਿੱਚ ਸੜਕ ਦੇ ਉੱਪਰ ਹੀ ਇਹ ਨੌਜਵਾਨ ਬਜ਼ੁਰਗ ਸਾਰੇ ਵੀਰ ਬੈਠੇ ਹੋਏ ਨੇ ਪਰਿਵਾਰਾਂ ਦੇ ਪਰਿਵਾਰ ਇੱਥੇ ਪਹੁੰਚੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਸੰਘਰਸ਼ ਵਿੱਢਿਆ ਕੁਝ ਹੋਰ ਨੌਜਵਾਨ ਵੀਰ ਇਹਨਾਂ ਵੀ ਗੱਲ ਕਰਦੇ ਆ ਅੱਜ ਸੜਕਾਂ ਦੇ ਉੱਪਰ ਆਇਆਂ ਲੰਬੇ ਸਮੇਂ ਤੋਂ ਸੰਦਰ ਚੱਲ ਰਿਹਾ ਕਦੋਂ ਤੱਕ ਲਾ ਤੁਹਾਨੂੰ ਇਹ ਗੱਲ ਬਣ ਜੂ ਕਿ ਥੋੜੀ ਦੇਰ ਬਾਅਦ ਕੋੜ ਲੱਗੇ ਜਾਣਾ ਜਦੋਂ ਅਸੀਂ ਅੱਜ ਹੀ ਨਿ ਛੜਕਾਂ ਦੇ ਬੈਠੇ ਅਸੀਂ ਜਾਨੀ ਕਿ 7 ਤਰੀਕ ਤੋਂ ਸਾਡਾ ਸੰਗਰਾਸ਼ ਸ਼ੁਰੂ ਆ ਜਿਹੜਾ ਜੋਰਾਂ ਤੇ ਆ 7 ਤਰੀਕ ਤੋਂ 25 ਤਰੀਕ ਤੱਕ ਅਸੀਂ ਕੈਪਟਨ ਸੀਐਮ ਦੇ ਬੈਠੇ ਸੀ 25 ਤਰੀਕ ਤੋਂ ਲੈ ਕੇ ਬਾਅਦ ਵਿੱਚ ਅਸੀਂ 75 ਦਿਨ ਮਰਿੰਡੇ ਦੀ ਧਰਤੀ ਤੇ ਲਾ ਕੇ ਆ ਜਿਹੜਾ ਕਹਿੰਦੇ ਗਰੀਬਾਂ ਦਾ ਮਸੀਹਾ ਤੁਸੀਂ ਸਵਾਲ ਕੀਤਾ ਇਹ ਮੇਰੇ ਸਾਥੀ ਨੂੰ ਵੀ ਗਰੀਬਾਂ ਦੀ ਗੱਲ ਸੁਣਨ ਦਾ 75 ਦਿਨ ਇਹਦੇ ਮਰਿੰਡੇ ਸ਼ਹਿਰ 'ਚ ਬਹਿ ਕੇ 49 ਮੰਗ ਪੱਤਰ ਦਿੱਤੇ 49 ਦੇ 49 ਮੰਗ ਪੱਤਰ ਕੋਠੀ ਪਰਿਵਾਰਾਂ ਦੇ ਬੱਚਿਆਂ ਸਮੇਤ ਰੋਸ ਮਾਰਚ ਕਰਕੇ ਦਿੱਤੇ ਜਿਹਦੇ ਜੋ 10 ਮੰਗ ਪੱਤਰ ਲਗਭਗ ਸਾਡੇ ਜਵਾਕਾਂ ਨੇ ਤੇ ਬੱਚਿਆਂ ਨੇ ਦਿੱਤੇ ਕ ਤੁਸੀਂ ਸਵਾਲ ਕੀਤਾ ਵੀ ਕਦੋਂ ਤੱਕ ਸਰਕਾਰ ਮੰਨ ਜੂਗੀ ਸਰਕਾਰ ਮੰਨੂਗੀ ਜਿੰਨਾ ਜਦੋਂ ਦਿੱਲੀ ਵਾਲਾ ਘੋਲ ਬਣ ਗਿਆ ਕਿਉਂਕਿ ਹੁਣ ਦਿੱਲੀ ਵਾਲਾ ਘੋਲ ਬਣ ਲੱਗਾ ਇੱਕ ਕਿਸਾਨ ਜਥੇਬੰਦੀਆਂ ਵੀ ਨਾਲ ਲੱਗ ਗਈਆਂ ਕਿ ਕਿਸਾਨ ਜਥੇਬੰਦੀ ਨੇ ਡਿਕਲੇਅਰ ਕਰਤਾ 20 ਤਰੀਕ ਨੂੰ ਠੇਕਾ ਕੰਮਿਆਂ ਦੀ ਹਮਾਇਤ ਦੇ ਵਿੱਚ ਰੇਲ ਰੇਲਾਂ ਰੋਕਣੀਆਂ ਉਹਨਾਂ ਨੇ 20 ਤਰੀਕ ਨੂੰ ਅਸੀਂ ਉਹਦੀ ਵੀ ਸਪੋਰਟ ਕਰਾਂਗੇ ਕਿਉਂਕਿ ਉਹ ਉਹ ਪੰਜਾਬ ਭਰ ਦੇ ਵਿੱਚ ਕਿਸਾਨ ਸੰਗਠਨ ਕਮੇਟੀ ਪੰਜਾਬ ਆ ਜਿਹੜੀ ਮਾਝੇ ਹਾਲਿਆ ਉਹਨਾਂ ਨੇ ਰੇਲਾਂ ਰੋਕਣੀਆਂ ਨੇ ਸਾਡੀਆਂ ਮੰਗਾਂ ਦੇ ਸਬੰਧ 'ਚ ਇਹ ਸਾਡੀਆਂ ਮੰਗਾਂ ਨਹੀਂ ਕਿਸਾਨਾਂ ਨੂੰ ਤਾਂ ਪਤਾ ਲੱਗ ਗਿਆ ਵੀ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਕੁੱਲ ਲੋਕਾਂ ਦੀਆਂ ਮੰਗਾਂ ਨੇ ਜੇ ਸਰਕਾਰੀ ਧਾਰੇ ਸੀ ਜਿਹੜੇ ਸਰਕਾਰੀ ਧਾਰੇ ਜਦੋਂ ਬਣਾਏ ਸੀ ਲੋਕਾਂ ਦੀ ਸੇਵਾ ਵਾਸਤੇ ਬਣਾਏ ਸੀ ਉਦੋਂ ਲੱਖਾਂ ਦੀਆਂ ਜਾਨਾਂ ਗਈਆਂ ਨੇ ਸਰਕਾਰੀ ਧਾਰਿਆਂ ਨੂੰ ਬਣਾਉਣ ਵਾਸਤੇ ਜਿਹੜੇ ਸਰਕਾਰੀ ਧਾਰੇ ਬਣ ਗਏ ਲੋਕਾਂ ਨੂੰ ਸੇਵਾ ਦੇਣ ਲੱਗ ਗਏ ਸੀ ਸਰਕਾਰ ਨੂੰ ਇਹ ਸਵਾਲ ਪੁੱਛਣਾ ਚਾਹੁੰਦੇ ਨੇ ਵੀ ਜਦੋਂ ਇਹ ਸੇਵਾ ਦੇਣ ਲੱਗੇ ਲੋਕਾਂ ਨੂੰ ਤੇ ਇਹ ਮੈਕਮੇ ਵੇਚੇ ਕਿੱਧਰੋਂ ਜਾ ਰਹੇ ਨੇ ਇਹ ਸਾਡਾ ਸਵਾਲ ਹੈ ਮੈਕਮੇ ਵੇ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਐਲਾਨ ਕਰਤਾ ਕਿ ਰੇਲਾਂ ਵੀ ਰੋਕੀ ਜਾਣਗੀਆਂ 20 ਤਰੀਕ ਨੂੰ ਤਾਂ ਹੋਰ ਵੀ ਇੱਥੇ ਭਰਾ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਨੇ ਤਾਂ ਇੰਨੀ ਠੰਡ ਦੇ ਵਿੱਚ ਰਾਤ ਦੇ ਤੁਸੀਂ ਬੈਠੇ ਹੋਏ ਹੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੂ ਜਾਂ ਉਵੇਂ ਹੀ ਪਹਿਲਾਂ ਵਾਂਗੂ ਇਗਨੋਰ ਕੀਤਾ ਜਾਊਗਾ ਦੇਖੋ ਜੀ ਅਸੀਂ ਕੱਲ ਦੇ ਸ਼ਾਮ ਦੇ ਕੱਲ ਕੱਲ ਸਵੇਰ ਤੇ ਆ ਕੇ ਬੈਠੇ ਆ ਤੇ ਸਰਕਾਰ ਦੇ ਕੰਨਾਂ ਤੱਕ ਤੇ ਆਵਾਜ਼ ਪਹੁੰਚੀ ਆ ਪਰ ਨજર ਅੰਦਾਜ਼ ਕਰ ਰਹੀ ਆ ਸਰਕਾਰ ਆਵਾਜ਼ ਤੇ ਪਹੁੰਚ ਚੁੱਕੀ ਆ ਪਰ ਨજર ਅੰਦਾਜ਼ ਕਰ ਰਹੀ ਆ ਦੇਖੋ ਹੁਣ ਕਦੋਂ ਤੱਕ ਕਰਦੀ ਆ ਬਾਕੀ ਆਪਣਾ ਸੰਘਰਸ਼ ਉਹ ਤਾਂ ਕਈ ਮਹੀਨਿਆਂ ਤੋਂ ਕਰਦੀ ਜਾ ਰਹੀ ਆ ਕਰਦੀ ਆ ਰਹੀ ਆ ਪਾਕੀ ਸਾਡਾ ਹੋਰ ਸੰਘਰਸ਼ ਤੇਜ ਹੋਏਗਾ ਸਾਡੇ ਨਾਲ ਕਿਸਾਨ ਜਥੇਬੰਦੀਆਂ ਗ੍ਰਾਹਾਂ ਨਾਲ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਅਟੈਚ ਹੋ ਰਹੀਆਂ ਉਹਦੇ ਨਾਲ ਸਾਡਾ ਕੋਲ ਹੋਰ ਵੀ ਤਿੱਖਾ ਹੋਏਗਾ ਜੀ ਕੋਲ ਤਿੱਖਾ ਹੋਊਗਾ ਇੱਕ ਵਾਰ ਫਿਰ ਤੋਂ ਸਾਡੇ ਦਰਸ਼ਕਾਂ ਨੂੰ ਦੱਸ ਰਿਹਾ ਸੀ ਕਿ ਕਿਸਾਨ ਜਥੇਬੰਦੀਆਂ ਦੀ ਵੀ ਹੁਣ ਇਹਨਾਂ ਨੂੰ ਸਪੋਰਟ ਮਿਲ ਰਹੀ ਆ ਤਾਂ ਠੰਡ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਕੀ ਨੌਜਵਾਨ ਸਾਰੇ ਬੈਠੇ ਹੋਏ ਨੇ ਕਿਸਾਨ ਜਥੇਬੰਦੀਆਂ ਵੀ ਤੁਹਾਡੇ ਨਾਲ ਹੁਣ ਹਮਾਇਤ ਕਰ ਰਹੀਆਂ ਲੱਗਦਾ ਕਿ ਦਿੱਲੀ ਵਾਂਗ ਪੰਜਾਬ 'ਚ ਹੀ ਮੋਰਚਾ ਲਾਇਆ ਜਾਊਗਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਠੇਕਾ ਮਜ਼ਦੂਰਾਂ ਦਾ ਮਸਲਾ ਹੈ ਇਹ ਕਿਸਾਨਾਂ ਨਾਲੋਂ ਮਸਲਾ ਸੈਪਰੇਟ ਨਹੀਂ ਹੈ ਕਿਸਾਨੀ ਦਾ ਜਿਹੜਾ ਕਿੱਤਾ ਸੀਗਾ ਉਹਨੂੰ ਹਿੰਦੁਸਤਾਨ ਦੀ ਸਰਕਾਰ ਕਾਰਪੋਰੇਟਰਾਂ ਦੇ ਕੋਲ بیچ ਰਹੀ ਸੀਗੀ ਮੁਨਾਫੇ ਕਮਾਉਣ ਵਾਸਤੇ ਇਸੇ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਬਿਜਲੀ ਵਿਦਿਆਸੇ ਸਭਾਵਾਂ ਦਾ ਜਿਹੜਾ ਸਾਰਾ ਖੇਤਰ ਹੈ ਇਹ ਜਿਹੜਾ ਲੋਕਾਂ ਦੇ ਭਲੇ ਦੇ ਨਾਂ ਥੱਲੇ ਬਣਾਇਆ ਸੀਗਾ ਇਹ ਨੂੰ ਵੀ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਦੇ ਕੋਲ ਵੇਚ ਰਹੀ ਹੈ ਜਦੋਂ ਇਹ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਦੇ ਕੋਲ ਵੇਚਿਆ ਜਾ ਰਿਹਾ ਇਹਦੇ ਅੰਦਰ ਜੋ ਰੂਲ ਜੋ ਨਿਜਮ ਕਾਨੂੰਨ ਪਹਿਲਾਂ ਮਾੜਾ ਮੋਟਾ ਲੋਕਾਂ ਨੂੰ ਸੁੱਖ ਸੁਰਤਾ ਦਿੰਦੇ ਸੀਗੇ ਉਹ ਸਾਰਿਆਂ ਦੇ ਸਾਰੇ ਤਬਦੀਲ ਕਰਕੇ ਪ੍ਰਾਈਵੇਟ ਕਾਰਪੋਰੇਟਰਾਂ ਦੇ ਮੁਨਾਫੇ ਦੀਆਂ ਲੋੜਾਂ ਦੇ ਮੁਤਾਬਕ ਨਵੇਂ ਸਿਰੇ ਤੋਂ ਸਿਰਜ ਦਿੱਤੇ ਕੰਮ ਪੱਕਾ ਹੈ ਬਿਜਲੀ ਦੀ ਪੱਕੀ ਲੋੜ ਹੈ ਸੇ ਸਵਾਮਾਂ ਦੀ ਪੱਕੀ ਲੋੜ ਹੈ ਸੜਕਾਂ ਦੀ ਪੱਕੀ ਲੋੜ ਹੈ ਬਿਜਲੀ ਦੀ ਪੱਕੀ ਲੋੜ ਹੈ ਪੱਕੀ ਲੋੜ ਹੋਣ ਦੇ ਬਾਵਜੂਦ ਕੰਮ ਪੱਕਾ ਹੋਣ ਦਾ ਬਾਵਜੂਦ ਰਜਗਾਰ ਠੇਕੇ ਤੇ ਕਿਉਂ ਆ? ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਕਿ ਜੇ ਕੰਮ ਪੱਕਾ ਤਾਂ ਰਜਗਾਰ ਵੀ ਪੱਕਾ ਹੋਣਾ ਚਾਹੀਦਾ। ਦੂਸਰੇ ਨੰਬਰ ਤੇ ਇਹ ਜਿਹੜੀਆਂ ਸੰਸਥਾਵਾਂ ਆ ਲੋਕਾਂ ਦੇ ਨਾਂ ਥੱਲੇ ਬਣਾਈਆਂ ਗਈਆਂ ਕਿਹਾ ਗਿਆ ਕਿ ਇਹ ਲੋਕਾਂ ਦੀ ਸੇਵਾ ਵਾਸਤੇ ਹੈ। ਸਮਾਜਿਕ ਤਰੱਕੀ ਤੇ ਵਿਕਾਸ ਵਾਸਤੇ ਹੈ। ਲੋਕਾਂ ਨੇ ਇਹਦੇ ਵਾਸਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਬਿਜਲੀ ਖੇਤਰ ਦਾ ਇੱਕ ਵਿਸ਼ਲੇਸ਼ਣ ਹੈ ਕਿ ਰਜਾਨਾ ਇੱਕ ਬੰਦੇ ਦੀ ਮੌਤ ਹੋ ਜਾਂਦੀ। ਇਹ ਤੋਂ ਇਲਾਵਾ ਵੀ ਬਾਕੀ ਦੀਆਂ ਸੰਸਥਾਵਾਂ ਦੇ ਵਿੱਚ ਪਾਖੜੇ ਵਰਗੇ ਪ੍ਰੋਜੈਕਟ ਬਣੇ ਹੋਰ ਕੁਝ ਬਣਿਆ ਲੱਖਾਂ ਲੋਕਾਂ ਨੇ ਜਾਨ ਦੀ ਕੁਰਬਾਨੀ ਦਿੱਤੀ ਲੋਕਾਂ ਨੇ ਟੈਕਸਾਂ ਰਾਹੀਂ ਪੈਸਾ ਇਕੱਠਾ ਕਰਕੇ ਦਿੱਤਾ ਜਿਹੜਾ ਸਰਕਾਰੀ ਖਜ਼ਾਨੇ ਜਮ੍ਹਾਂ ਹੋਇਆ ਉਹਦੇ ਨਾਲ ਹੀ ਬਣਿਆ ਸਾਰਾ ਕੁਝ ਜਦ ਅੱਜ ਇਹ ਕੰਪਲੀਟ ਹੋ ਗਿਆ ਉਹਦੇ ਮੁਨਾਫਕ ਹੋਰ ਕੰਪਨੀਆਂ ਕੋਲ ਈਸਟ ਇੰਡੀਆ ਕੰਪਨੀ ਵਰਗੀਆਂ ਕੰਪਨੀਆਂ ਕੋਲ ਮੁਨਾਫੇ ਵਾਸਤੇ ਵੇਚਿਆ ਜਾ ਰਿਹਾ ਇਸ ਕਰਕੇ ਸਾਡੀ ਜਿਹੜੀ ਲੜਾਈ ਹੈ ਨਾ ਸਿਰਫ ਆਪਣੇ ਪੱਕੇ ਰੋਜ਼ਗਾਰ ਵਾਸਤੇ ਸੀਮਤ ਹੈ ਇਹ ਲੜਾਈ ਦੇਸ਼ ਭਗਤੀ ਦੀ ਹੈ ਦੇਸ਼ ਦੇ ਮਾਲ ਖਜ਼ਾਨੇ ਦੀ ਰੱਖੀ ਵਾਸਤੇ ਹੈ ਈਸਟ ਇੰਡੀਆ ਦੇਸ਼ ਦੇ ਮਾਲ ਖਜ਼ਾਨੇ ਦੀ ਰੱਖੇ ਵਾਸਤੇ ਔਰ ਜਿਹੜੇ ਨਿੱਜੀ ਕੰਪਨੀਆਂ ਹੱਥਾਂ ਦੇ ਵਿੱਚ ਸਰਕਾਰ ਅਦਾਰਿਆਂ ਨੂੰ ਵੇਚ ਰਹੀਆਂ ਉਸ ਦੇ ਵਿਰੁੱਧ ਵੀ ਜਿਹੜਾ ਇਹ ਸੰਘਰਸ਼ ਹੈ ਉਹ ਮੋਰਚਾ ਲਾਇਆ ਹੋਇਆ ਤਾਂ ਦੇਖ ਸਕਦੇ ਹੋ ਕਿਵੇਂ ਵੱਡੀ ਠੰਡ ਦੇ ਵਿੱਚ ਵੀ ਬਿਨਾ ਪਰਵਾਹ ਕਿਤੇ ਲੋਕ ਬੈਠੇ ਹੋਏ ਨੇ ਕਿੰਨਾ ਲੰਮਾ ਚੱਲੂ ਸੰਘਰਸ਼ ਸੰਘਰਸ਼ ਜਦ ਤੱਕ ਸਾਡੀ ਸੁਭਾ ਕਮੇਟੀ ਸਾਨੂੰ ਇੱਥੋਂ ਲੱਗਦੀ ਨਹੀਂ ਹੈਗੀ ਵੀ ਮਤਲਬ ਸਾਡਾ ਕੋਈ ਚੰਨੀ ਹੈ ਜੇ ਕੋਈ ਹੱਲ ਨਹੀਂ ਕਰਦਾ ਹੈਗਾ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਅਸੀਂ ਚੰਨੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜਿਹੜਾ ਤੋਂ 36000 ਮਲਾਜਮ ਦਾ ਕਹਿੰਦੇ ਵੀ ਕਹਿੰਦਾ ਮੈਂ ਪੱਕਾ ਕਰਤਾ ਉਹ ਕਿਹੜੇ ਕਿਹੜੇ ਕਰਿਆ ਪਨਵਸ ਕਰਿਆ ਜਾਂ ਸੀਵਰੇਜ ਬੋਰਡ ਕਰਿਆ ਜਾਂ ਜਲ ਸਭਲਾਈ ਕਰੀ ਹੈ ਜਾਂ ਆਪਣਾ ਥਰਮਲ ਨੇ ਕਰਿਆ ਜਾਂ ਸੀਐਚਬੀ ਵਾਲੇ ਕਰਿਆ ਵੀ ਕਿਹੜੇ ਅਧਾਰੇ ਤੂੰ ਪੱਕੇ ਕਰਿਆ ਅਸੀਂ ਜੰਨੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਇਹ ਤੂੰ ਝੂਠੇ ਦਾਅਵੇ ਨਾ ਕਰ ਔਰ ਮੀਟਿੰਗਾਂ ਦੇਣ ਤੋਂ ਕਿਉਂ ਭੱਜਦਾ ਹੈ ਜੰਨੀ ਸਰਕਾਰ ਅਸੀਂ ਜੰਨੀ ਸਰਕਾਰ ਨੂੰ ਪਿੰਡਾਂ ਦੇ ਵਿੱਚ ਜਦੋਂ ਵੋਟਾਂ ਨੂੰ ਹੁਣਾਉਂਗੇ ਤਾਂ ਪਿੰਡਾਂ ਦੇ ਵਿੱਚ ਦੱਸਾਂਗੇ ਅਰ ਜਦ ਤੱਕ ਸਾਡੀ ਕੋਈ ਮੰਗ ਨਹੀਂ ਹੁੰਦੀ ਹੈਗੀ ਜੇਕਰ ਜੇਕਰ ਮੈਂ ਗਲਤ ਨਹੀਂ ਹੈਗਾ ਤਾਂ ਮੈਂ ਪਛਾੜ ਰਿਹਾ ਕਿ ਖਰੜ ਦੇ ਵਿੱਚ ਜਦੋਂ ਸੀਐਮ ਦੇ ਪ੍ਰੋਗਰਾਮ ਸੀ ਉੱਥੇ ਵੀ ਤੁਸੀਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀਗਾ ਲੰਬੇ ਸਮੇਂ ਤੋਂ ਪ੍ਰਦਰਸ਼ਨ ਚੱਲ ਰਹੇ ਨੇ ਅੱਜ ਖੰਨੇ ਬੈਠੇ ਹਾਂ ਲੱਗਦਾ ਕਿ ਇਹਨਾਂ ਪ੍ਰਦਰਸ਼ਨਾਂ ਦੇ ਨਾਲ ਸਰਕਾਰ ਮੰਨੂਗੀ ਮੰਨਣਾ ਪੈਣਾ ਹੈ ਜਦ ਤੱਕ ਅਸੀਂ ਹੱਲ ਸਾਡਾ ਹੱਲ ਨਹੀਂ ਨਿਕਲਦਾ ਅਸੀਂ ਇੱਥੋਂ ਹਿੱਲ ਕੇ ਨਹੀਂ ਜਾਂਦੇ ਹੈਗੇ ਜਦ ਤੱਕ ਸਾਡੀ ਸੱਭਾ ਕਮੇਟੀ ਸਾਨੂੰ ਲਿਖ ਦਿਨੀ ਹੈਗੀ ਵੀ ਇੱਥੋਂ ਹੱਲੀਏ ਅਸੀਂ ਉਦੋਂ ਤੱਕ ਜਿੱਥੇ ਟੇ ਟੇ ਬੈਠ ਕੇ ਸੀ ਜਦ ਤੱਕ ਜਦ ਤੱਕ ਸਰਕਾਰ ਨਹੀਂ ਮੰਨੂਗੀ ਓਨੀ ਦੇਰ ਤੱਕ ਜਿਹੜਾ ਇਹ ਰੋਸ ਪ੍ਰਦਰਸ਼ਨ ਹੈ ਉਹ ਜਾਰੀ ਰਹੂਗਾ ਔਰ ਇਹ ਜਿੰਨੇ ਵੀ ਪ੍ਰਦਰਸ਼ਨਕਾਰੀ ਨੇ ਉਹ ਕਹਿ ਰਹੇ ਨੇ ਕਿ ਅਸੀਂ ਮੰਨਣ ਵਾਲੇ ਨਹੀਂ ਜੇਕਰ ਸਰਕਾਰ ਆਪਣੀ ਜਿੱਦ ਦੇ ਉੱਪਰ ਬਰਕਰਾਰ ਹੈ ਤਾਂ ਅਸੀਂ ਵੀ ਇਸੇ ਤਰੀਕੇ ਦੇ ਨਾਲ ਡਟੇ ਰਹਾਂਗੇ ਪਰ ਆਪਣੇ ਹੱਕੀ ਜਿਹੜੇ ਉਹ ਮੰਗਾ ਬਾਪੂ ਜੀ ਆਪਣੇ ਮੰਗਾਣੂ ਲੈ ਕੇ ਬੈਠੇ ਹੋਏ ਹੋ ਸਰਕਾਰ ਵੀ ਕਹਿ ਰਹੀ ਆ ਕਿ ਅਸੀਂ ਗੱਲਬਾਤ ਬਣਾਵਾਂਗੇ ਗੱਲਬਾਤ ਕਰ ਰਹੇ ਆ ਪਰ ਗੱਲ ਬਣੂ ਹੀ ਕਦੋਂ ਉਹਦੀ ਅੜੀ ਪੰਨ ਕੇ ਛੱਡਾਂਗੇ ਜੇ ਅਸੀਂ ਤਾਂ ਜਿੰਨਾ ਚਿਰ ਸਾਨੂੰ ਪੱਕਾ ਨਹੀਂ ਕਰਦੀ ਅਸੀਂ ਇੱਥੋਂ ਉੱਠਣ ਵਾਲੇ ਨਹੀਂ ਹੈਗੇ ਜੀ ਅਸੀਂ ਕੱਲ ਤੇ ਡਟੇ ਹੋਏ ਆ ਜੀ ਉਸ ਨੇ ਕਹਿੰਨਾ ਕੱਲ ਜਲੰਧਰ ਰੈਲੀ ਦੇ ਵਿੱਚ ਪਹੁੰਚੇ ਸੀਗੇ ਸੀਐਮ ਚੰਨੀ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਥੋੜੇ ਸਮੇਂ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਇਤਿਹਾਸਿਕ ਫੈਸਲੇ ਨੇ ਔਰ ਕੱਲੇ-ਕੱਲੇ ਆਮ ਆਦਮੀ ਦੀ ਫਿਕਰ ਸਭ ਤੋਂ ਵੱਧ ਮੁੱਖ ਮੰਤਰੀ ਚੰਨੀ ਨੂੰ ਹੈ ਉਨੂੰ ਕਿਸੇ ਦੀ ਫਿਕਰ ਨਹੀਂ ਜੀ ਉਹਨੂੰ ਤਾਂ ਸਿਰਫ ਫੋਟੋਆਂ ਖਿਚਾਣ ਦਾ ਚਾਹ ਚੜਿਆ ਹੋਇਆ ਹੈ ਮਸਾ ਮਸਾ ਮੁੱਖ ਮੰਤਰੀ ਬਣਿਆ ਜੀ ਬੱਸ ਇਹਨੇ ਕਰਨੀ ਤਾਂ ਸਿਰਫ ਸਰਕਾਰ ਹੋਰਡਿੰਗ ਲਗਾ ਰਹੀ ਹੈ ਐਡ ਦੇ ਉੱਪਰ ਪੈਸਾ ਲਾ ਰਹੀ ਹੈ ਲੋਕ ਕਹਿ ਰਹੇ ਨੇ ਇਲਜ਼ਾਮ ਲਗਾ ਰਹੇ ਨੇ ਔਰ ਕਹਿ ਰਹੇ ਨੇ ਕਿ ਨੌਜਵਾਨ ਬਰਗ ਦੇ ਬਿਲਕੁਲ ਵੀ ਇੱਕ ਨੌਜਵਾਨ ਵੀਰ ਬੈਠਾ ਇਹ ਉਮਰ ਦੇ ਵਿੱਚ ਪੜ੍ਹ ਲੈ ਕੇ ਅਸੀਂ ਆਉਨੇ ਆ ਨੌਕਰੀ ਦੀ ਰੋਜ਼ਗਾਰ ਦੇ ਵਿੱਚ ਪਰ ਤੂੰ ਸੜਕਾਂ ਦੇ ਉੱਪਰ ਬੈਠੇ ਹੋ ਮਜਬੂਰੀ ਹੈ ਜੀ ਕੀ ਕਰੀਏ ਕੀ ਕਰ ਕੀ ਸਕਦੇ ਕਿਸੇ ਪਾਸੇ ਵੀ ਕੀ ਫਿਊਚਰ ਨਹੀਂ ਸਾਡਾ ਜੀ ਕਿਸੇ ਪਾਸੇ ਵੀ ਇਧਰ ਮੱਝ ਦੇ ਲੋ ਪੰਜਾਬ ਉਸ ਦੀ ਭਾਰਤੀ ਖੋਲੀਆਂ ਸੀ ਉਹ ਵੀ ਬੇਕਾਰ ਗਈਆਂ ਸਭ ਕੁਝ ਇਦਾਂ ਹੀ ਚੱਲ ਰਿਹਾ ਜੀ ਸਾਰੇ ਪਾਸੇ ਕਿਹੜੇ ਪਾਸੇ ਚੱਲ ਜੀਏ ਬੀਏ ਐਮਏ ਕਰਕੇ ਡਬਲ ਸਭ ਕੁਝ ਬੇਕਾਰ ਹੀ ਆ ਜੀ ਕੁਝ ਕਰ ਨਹੀਂ ਸਕਦੇ ਸਰਕਾਰਾਂ ਦਾ ਇਹ ਆ ਕਾਰਪੋਰੇਟਾਂ ਨੂੰ ਸਭ ਕੁਝ ਦੇ ਰਹੀਆਂ ਕੁਝ ਵੀ ਹੱਲ ਨਹੀਂ ਕਰ ਰਹੀਆਂ ਨੌਜਵਾਨਾਂ ਦੀ ਪੀੜੀ ਦਾ ਪੂਰਾ ਹਾਲ ਹੈ ਜੀ ਦੇਖ ਲਓ ਜੀ ਨੌਜਵਾਨ ਪੀੜੀ ਦਾ ਬੁਰਾ ਹਾਲ ਹੈ ਔਰ ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਔਰ ਪੜਾਈਆਂ ਕਰਕੇ ਡਿਗਰੀਆਂ ਲੈ ਕੇ ਵੀ ਇਹ ਨੌਜਵਾਨਾਂ ਸੜਕਾਂ ਦੇ ਉੱਪਰ ਬੈਠਣ ਦੇ ਲਈ ਮਜਬੂਰ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਤਸਵੀਰਾਂ ਤੁਹਾਨੂੰ ਦਿਖਾਉਨੇ ਆਂ ਅਸੀਂ ਇਹ ਰੈਂਟਰ ਦੇ ਉੱਪਰ ਜਿਵੇਂ ਵੀਰ ਦੱਸ ਰਿਹਾ ਸੀ ਜਿਹੜੇ ਗੱਦੇ ਸੀਗੇ ਔਰ ਜਾਈਆਂ ਸੀਗੀਆਂ ਰਾਤ ਲੈ ਕੇ ਕਿਉਂਕਿ ਠੰਡ ਬਹੁਤ ਜ਼ਿਆਦਾ ਅਸੀਂ ਵੀ ਲਾਈਵ ਕਰ ਰਹੇ ਹਾਂ ਸਾਨੂੰ ਪਤਾ ਵੀ ਸੀਤ ਲਹਿਰ ਚੱਲ ਰਹੀ ਹੈ ਇੱਥੇ ਕਿਸ ਤਰੀਕੇ ਦੇ ਨਾਲ ਹੈ ਔਰ ਇਹ ਠੰਡ ਦੇ ਵਿੱਚ ਵੀ ਇਹਨਾਂ ਨੂੰ ਬੈਠਣਾ ਪੈ ਰਿਹਾ ਔਰ ਕਹਿ ਰਹੇ ਨੇ ਕਿ ਸਾਡੀ ਮਜਬੂਰੀ ਹੈ ਸਾਨੂੰ ਸਰਕਾਰ ਨੇ ਮਜਬੂਰ ਕੀਤਾ ਸਰਕਾਰ ਭਾਵੇਂ ਦਾਅਵੇ ਵੱਡੇ ਵੱਡੇ ਕਰ ਰਹੀ ਹੈ ਪਰ ਅਸਲ ਦੇ ਵਿੱਚ ਕੁਝ ਵੀ ਨਹੀਂ ਕਰ ਰਹੀ ਸਰਕਾਰ ਦੇ ਕੋਲ ਬਹੁਤ ਇਸ ਸੈਸ਼ਨ ਦੇ ਵਿੱਚ ਬਹੁਤ ਥੋੜੇ ਦਿਨ ਰਹਿ ਗਏ ਨੇ ਔਰ ਤਰੀ ਮਹੀਨੇ ਤੋਂ ਪਹਿਲਾਂ ਹੀ ਜਿਹੜਾ ਉਹ ਕੋਟ ਲੱਗ ਜਾਏਗਾ ਸਰ ਪਹਿਲਾਂ ਤਾਂ এবੀਪੀ ਨਿਊਜ਼ ਦੇਖ ਰਹੇ ਥੋੜੇ ਸਾਰੇ ਦਰਸ਼ਕਾਂ ਨੂੰ ਠੇਕਾ ਮੁਲਾਜ਼ਮ ਸਰਚ ਮੋਰਚੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਸਰ ਗੱਲ ਐਦਾਂ ਵੀ ਕੱਲ ਅਸੀਂ ਸਵੇਰ ਤੋਂ ਬੈਠੇ ਆ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਪਿਛਲੇ ਬੰਨੇ ਵੀ ਦੇਖ ਕੇ ਆਏ ਸਾਡੇ ਬੱਚੇ ਵੀ ਇੱਥੇ ਬੈਠੇ ਆ ਪੋਹ ਮੰਗਦੀਆਂ ਰਾਤਾਂ ਆ ਇਹ ਇਹ ਉਹੀ ਦਿਨ ਚੱਲ ਰਹੇ ਆ ਜਦੋਂ ਗੁਰੂ ਸਾਹਿਬ ਦੇ ਬੱਚਿਆਂ ਦੀਆਂ ਸ਼ੀਂਹੀਆਂ ਬਰਾਤ ਹੋਈਆਂ ਇਸ ਧਰਤੀ ਤੇ ਆ ਚੰਨੀ ਸਾਹਿਬ ਜਿਹੜੇ ਗਰੀਬਾਂ ਦੇ ਮਸੀਹਾ ਬਣ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਜਦ ਕਿ ਲੋਕ ਵੀ ਪਰੇਸ਼ਾਨ ਹੋ ਰਹੇ ਅਸੀਂ ਚਾਹਦੇ ਨਹੀਂ ਲੋਕਾਂ ਨੂੰ ਸਾਡੀ ਕੋਈ ਅਸੀਂ ਪਰੇਸ਼ਾਨ ਕਰੀਏ ਮਜ਼ਬੂਰ ਤਾਂ ਪੋ ਦੇ ਮਹੀਨੇ ਦਾ ਜ਼ਿਕਰ ਕੀਤਾ ਸ਼ਹੀਦੀਆਂ ਪਾਈਆਂ ਅਸੀਂ ਛੋਟੇ ਸ਼ਹਿਬ ਜਦ ਨੇ ਕਿਹਾ ਕਿ ਅਸੀਂ ਵੀ ਇੱਥੇ ਮਜ਼ਬੂਰਾਂ ਪਰ ਚੰਨੀ ਸਰਕਾਰ ਸਿਰਫ ਦਿਖਾਵੇ ਕਰ ਰਹੀ ਔਰ এবੀਪੀ ਸੰਧਾ ਵੀ ਲਗਾਤਾਰ ਪਹਿਲੇ ਦਿਨ ਤੋਂ ਹੀ ਗਰਾਊਂਡ ਜ਼ੀਰੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਪਰ ਇੱਥੇ ਵੇਲਾ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਪਰ ਤੁਸੀਂ ਬਣੇ ਰਹੋ এবੀਪੀ ਸੰਧੇ ਦੇ ਨਾਲ